ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਤੋਂ। ਅੱਜ ਇੱਕ ਹੋਰ ਖੁਸ਼ਖਬਰੀ ਹੈ ਜੀ, ਨਵਨੀਤ ਕੌਰ ਵਿਲੇਜ ਡੱਲੇ ਤੋਂ ਵੀਜ਼ਾ ਆਇਆ ਇਹਨਾਂ ਦਾ ਕੈਨੇਡਾ ਦਾ ਜਸਟ 12 ਦਿਨਾਂ ਦੇ ਵਿੱਚ। ਨਵਨੀਤ ਦੇ ਪੇਰੈਂਟਸ ਤੋਂ ਪੁੱਛਾਂਗੇ ਕਿ ਇਹਨਾਂ ਦਾ ਐਕਸਪੀਰੀਅੰਸ ਵੈਨਿਊਰ ਇੰਗਲਿਸ਼ ਨਾਲ ਕਿੱਦਾਂ ਦਾ ਰਿਹਾ। ਮੈਡਮ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਤੁਹਾਡਾ? ਬਹੁਤ ਅੱਛਾ ਰਿਹਾ ਵੀਰ ਜੀ, ਬਹੁਤ ਵਧੀਆ ਗਾਈਡ ਕੀਤਾ ਬੱਚਿਆਂ ਨੇ, ਬਹੁਤ ਛੇਤੀ ਆਈਲੈਟਸ ਕੀਤਾ, ਬਹੁਤ ਅੱਛਾ ਸੀ। ਸੋ ਇਹਨਾਂ ਨੇ, ਬੇਟੀ ਨੇ ਪਹਿਲਾਂ ਆਇਲਸ ਵੀ ਆਪਣੇ ਕੋਲ ਕੀਤਾ ਸੀ 1 ਮਹੀਨੇ ਦੇ ਵਿੱਚ, 7 ਬੈਂਡਸ ਬੇਟਾ ਤੁਹਾਡੇ ਸੀਗੇ, ਅਤੇ ਬੇਟੀ ਦੇ ਫਾਦਰ ਨੇ ਇੰਦਰਜੀਤ ਸਿੰਘ ਜੀ, ਇਹਨਾਂ ਨੂੰ ਪੁੱਛਾਂਗੇ ਕਿਵੇਂ ਰਿਹਾ ਜੀ ਤੁਹਾਡਾ ਐਕਸਪੀਰੀਅੰਸ? ਬਹੁਤ ਵਧੀਆ, ਬਹੁਤ ਵਧੀਆ ਰਿਹਾ। ਖੁਸ਼ ਹੈ ਸਾਰੇ ਜਾਣੇ ਹੁਣ? ਚਲੋ, ਵੈਰੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਜਿਹੜੇ ਵੀ ਸਟੂਡੈਂਟ ਔਰ ਉਹਨਾਂ ਦੇ ਪੇਰੈਂਟਸ ਬਾਹਰ ਅਬਰੋਡ ਵਾਸਤੇ ਸੋਚ ਰਹੇ ਨੇ, ਪੇਰੈਂਟਸ ਬੱਚਿਆਂ ਦੇ ਲਈ, ਉਹਨੇ ਪਲੱਸ ਟੂ ਕੀਤੀ ਹੈ ਜਾਂ ਗੈਪ ਹੈਗਾ, ਤਾਂ ਇੱਕ ਵਾਰ ਤੁਸੀਂ ਵੈਨਿਊਰ ਇੰਗਲਿਸ਼ 'ਤੇ ਜ਼ਰੂਰ ਆਓ, ਸਾਨੂੰ ਮਿਲੋ, ਇੱਕ ਅੱਛੀ ਸਲਾਹ ਲਓ ਤਾਂ ਕਿ ਤੁਹਾਡਾ ਭਵਿੱਖ ਵਧੀਆ ਬਣ ਸਕੇ। ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰੋ। ਯੂ ਕੈਨ ਆਲਸੋ ਕਾਲ ਮੀ ਡਾਇਰੈਕਟਲੀ 7973160270। ਥੈਂਕ ਯੂ ਜੀ।